ਫਰੈਂਡਸ ਮੇਰੇ YouTube ਚੈਨਲ ਲੈਟਸ ਡੂ ਇਟ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਲ ਅੱਜ ਦਾ ਜਿਹੜਾ ਵੀਡੀਓ ਹੈ ਉਹ DLD ਦੇ ਲਈ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਆਪਣਾ ਆਨਲਾਈਨ ਫਾਰਮ ਫਿਲ ਕਰ ਸਕਦੇ ਹੋ ਇਸ ਦੇ ਰਿਗਾਰਡਿੰਗ ਮੈਂ ਇੱਕ ਪੂਰਾ ਵੀਡੀਓ ਬਣਾਇਆ ਹੋਇਆ ਸੀ ਕਿ ਇਸ ਦੀ ਕੀ ਕੰਡੀਸ਼ਨਸ ਨੇ ਪਰ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਤੁਸੀਂ ਆਨਲਾਈਨ ਫਾਰਮ ਫਿਲ ਕਰਨ ਦੇ ਲਈ ਕਿਸ ਤਰੀਕੇ ਦਾ ਪ੍ਰੋਸੈਸ ਹੈ ਉਹ ਤੁਸੀਂ ਅਪਣਾਉਣਾ ਹੈ ਤੁਸੀਂ ਕੀ ਕਰਨਾ ਹੈ ਜੀ ਸਭ ਤੋਂ ਪਹਿਲਾਂ ਕਲਿਕ ਹੇਅਰ ਟੂ ਅਪਲਾਈ ਫਾਰ ਔਨਲਾਈਨ ਇਸ ਉਤੇ ਕਲਿਕ ਕਰਨਾ ਹੈ ਇਹ অপਸ਼ਨ ਦਿੱਤੀ ਹੋਈ ਹੈ ਜੀ ਇੱਕ ਡਾਊਟ ਬਹੁਤ ਆ ਰਿਹਾ ਕਿਉਂਕਿ ਜੋ ਵੀਡੀਓ ਮੈਂ ਪਹਿਲਾਂ ਬਣਾਇਆ ਸੀ ਉਹਦੇ ਵਿੱਚ کہہ ਰਿਹਾ ਜੀ ਕੋਈ ਲਿੰਕ ਨਹੀਂ ਹੈ ਜਿਸ ਤੋਂ ਅਸੀਂ ਅਪਲਾਈ ਕਰ ਸਕੀਏ ਤੁਸੀਂ ਇਸ ਲਿੰਕ ਤੇ ਸਭ ਤੋਂ ਪਹਿਲਾਂ ਇਸ ਉਤੇ ਕਲਿਕ ਕਰਨਾ ਹੈ ਜਿਹੜਾ ਇਹ ਸਾਈਟ ਦਾ ਲਿੰਕ ਹੈ ਇਹ ਡਿਸਕ੍ਰਿਪਸ਼ਨ ਬਾਕ ਦੇ ਵਿੱਚ ਮੈਂ ਦੇ ਦੇਵਾਂਗਾ ਤੁਸੀਂ ਜਾ ਕੇ ਅ ਅਪਲਾਈ ਕਰ ਲੈਣਾ ਜੀ ਠੀਕ ਹੈ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਸ ਤਰੀਕੇ ਦਾ ਇੱਕ ਓਪਨ ਹੋ ਜਾਏਗਾ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਜਿਹੜੀ ਓਪਨਿੰਗ ਡੇਟ ਹੈ 31/8/2020 ਤੋਂ ਫਾਰਮ ਫਿਲਿੰਗ ਦੀ ਸਟਾਰਟ ਹੋ ਗਈ ਹੈ ਤੇ 20/11/2020 ਤੱਕ ਤੁਹਾਡੇ ਫਾਰਮ ਫਿਲ ਹੋਣਗੇ ਆਲਮੋਸਟ 21-22 ਦਿਨ ਦਾ ਟਾਈਮ ਤੁਹਾਡੇ ਕੋਲ ਹੈ ਤੇ ਤੁਸੀਂ ਇਸ ਦੌਰਾਨ ਆਪਣਾ ਕਰ ਸਕਦੇ ਹੋ ਕੁਝ ਨਹੀਂ ਕਰਨਾ ਜੀ ਤੁਸੀਂ ਇਸ ਤੋਂ ਬਾਅਦ ਬਾਹਰ ਕਲਿੱਕ ਕਰ ਲੈਣਾ ਹੈ ਇੱਥੇ ਹੁਣ ਉੱਪਰ ਆਪਸ਼ਨ ਦਿੱਤੇ ਹੋਏ ਨੇ ਇਹ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਜੇ ਕਿ ਤੁਸੀਂ ਡੈਸਕਟਾਪ ਮੂਡ ਨਹੀਂ ਕੀਤਾ ਹੁੰਦਾ ਤਾਂ ਇਸ ਇਸ ਸਾਈਡ ਕਾਲਮ ਬਣੇ ਹੁੰਦੀ ਹੈ ਜੀ ਹੋਮ ਪ੍ਰੋਸਪੈਕਟ ਸਾਈਨ ਇਨ ਤੁਸੀਂ ਸਾਈਨ ਇਨ ਉੱਤੇ ਕਲਿੱਕ ਕਰਨਾ ਹੈ ਠੀਕ ਹੈ ਸਾਈਨ ਇਨ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਖੁਦ ਨੂੰ ਰਜਿਸਟਰ ਕਰ ਲੈਣਾ ਹੈ ਜੀ ਠੀਕ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਪਹਿਲਾਂ ਰਜਿਸਟਰ ਕਰ ਚੁੱਕੇ ਹੋ ਕਈਆਂ ਨੇ ਵੀਡੀਓ ਬਣਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰ ਲਿਆ ਹੋਣਾ ਪਰ ਜੇਕਰ ਤੁਸੀਂ ਰਜਿਸਟਰ ਨਹੀਂ ਕੀਤਾ ਤਾਂ ਤੁਸੀਂ ਜਾ ਕੇ ਨਿਊ অপਸ਼ਨ ਯਾਨੀ ਖੁਦ ਨੂੰ ਨਵਾਂ ਰਜਿਸਟਰ ਕਰਨ ਵਾਸਤੇ ਰਜਿਸਟਰ ਦੇ ਉੱਤੇ ਕਲਿੱਕ ਕਰਨਾ ਹੈ ਰਜਿਸਟਰ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਡਿਟੇਲ ਮੰਗੇਗਾ ਉਹ ਤੁਸੀਂ ਆਪਣੀ ਡਿਟੇਲ ਫਿਲ ਅਪ ਕਰ ਦੇਣੀ ਹੈ ਹਰ ਬਾਰੇ ਉਹ ਜਰੂਰ ਆਏਗਾ ਜੇ ਇੰਪੋਰਟੈਂਟ ਨੋਟਿਸ ਵਾਲਾ ਤੁਸੀਂ ਬਾਅਦ ਕਲਿੱਕ ਕਰ ਲੈਣਾ ਸਟੂਡੈਂਟ ਨੇਮ ਫਿਲ ਕਰਨਾ ਹੈ ਜੀ ਆਪਣੇ ਤੁਹਾਡੇ ਕੋਲ ਆਪਣੇ ਡਾਕੂਮੈਂਟਸ ਹੈ 10ਵੀਂ ਦੀ ਤੁਹਾਡੀ ਜਿਹੜੀ ਡੀਐਮਸੀ ਹੈ ਮੈਟ੍ਰਿਕਿਉਲੇਸ਼ਨ ਦੀ ਜਿਹੜੀ ਡੀਐਮਸੀ ਹੈ ਉਸ ਦੇ ਹਿਸਾਬ ਨਾਲ ਪੂਰਾ ਤੁਸੀਂ ਆਪਣਾ ਡਾਟਾ ਫਿਲ ਅਪ ਕਰਨਾ ਹੈ ਉਸ ਤੋਂ ਬਾਅਦ ਇੱਕ ਵੈਲਿਡ ਈਮੇਲ ਆਈਡੀ ਜਿਹੜੀ ਚਲਦੀ ਹੋਣੀ ਚਾਹੀਦੀ ਹੈ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੁਹਾਡਾ ਨੰਬਰ ਮੋਬਾਈਲ ਨੰਬਰ ਹੋਣਾ ਚਾਹੀਦਾ ਇੱਥੇ ਸਪੈਸ਼ਲੀ ਉਹਨਾਂ ਨੇ ਲਿਖਿਆ ਕਿ WhatsApp ਮੋਬਾਈਲ ਨੰਬਰ ਕਿਉਂਕਿ ਹੋ ਸਕਦਾ ਹੈ ਕਿ ਕੋਵਿਡ-19 ਦੇ ਕਾਰਨ ਤੁਹਾਡੇ ਨਾਲ ਇੰਟਰੈਕਟ ਕਰਨਾ ਹੋਵੇ ਤਾਂ ਤੁਹਾਡੇ ਕੋਲ ਜਿਹੜਾ net ਚੱਲਣ ਵਾਲਾ ਤੇ ਜਿਸ ਜਿਸ ਉੱਤੇ WhatsApp ਚੱਲਦਾ ਹੋਵੇ ਤੁਸੀਂ ਉਹ ਫਿਲ ਅਪ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਉਸ ਤੋਂ ਬਾਅਦ ਇੱਕ ਕੈਪਚਾ ਹੁੰਦਾ ਜੀ ਇਹ net ਦੀ ਪ੍ਰੋਬਲਮ ਦੇ ਕਾਰਨ ਇੱਥੇ ਨਹੀਂ ਆ ਰਿਹਾ ਇਹ ਕੈਪਚਾ ਫਿਲ ਕਰ ਦੇਣਾ ਤੇ ਉਸ ਤੋਂ ਬਾਅਦ ਤੁਹਾਡਾ ਪ੍ਰੋਸੈਸ ਸਟਾਰਟ ਹੋ ਜਾਏਗਾ ਠੀਕ ਹੈ ਮੈਂ ਫਿਲ ਅਪ ਕਰਕੇ ਤੁਹਾਨੂੰ ਪੂਰਾ ਪ੍ਰੋਸੈਸ ਦੱਸ ਦਿੰਦਾ ਹਾਂ ਜੇਕਰ ਤੁਸੀਂ ਹਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਜੋ 올 ਨੋਟੀਫਿਕੇਸ਼ਨ ਓਨ ਕਰ ਦਿਓ ਤਾਂ ਕਿ ਜੋ ਨੈਕਸਟ ਡੀਐਲਰ ਦੇ ਰਿਕਾਰਡਿੰਗ ਜਾਂ ਪੰਜਾਬ ਵਿੱਚ ਜੋ ਵੀ ਕੋਈ ਮੋਸਟ ਇੰਪੋਰਟੈਂਟ ਟੀਚਰਸ ਜੇ ਸਟੂਡੈਂਟ ਦੇ ਰਿਲੇਟਿਡ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਹੈ ਲੈਟਸ ਡੂ ਇਟ ਤੁਹਾਨੂੰ ਉਹ ਪ੍ਰੋਵਾਈਡ ਕਰਵਾ ਦੇਗਾ ਇੱਥੇ ਤੁਸੀਂ ਸਟੂਡੈਂਟ ਨੇਮ ਫਿਲ ਕਰ ਲੈਣਾ ਉਸ ਤੋਂ ਬਾਅਦ ਕੈਪਚਾ ਫਿਲ ਕਰਕੇ ਤੁਸੀਂ ਅ ਰਜਿਸਟਰ ਤੇ ਕਲਿੱਕ ਕਰ ਦੇਣਾ ਜੀ ਠੀਕ ਹੈ ਗੋ ਟੂ ਲੌਗਇਨ ਪੇਜ ਨਾ ਕਰਿਓ ਤੁਸੀਂ ਰਜਿਸਟਰ ਤੇ ਕਲਿੱਕ ਕਰ ਦੇਣਾ ਰਜਿਸਟਰ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਜਿਹੜਾ ਰਜਿਸਟਰ ਕਰਦੇਗਾ ਇੱਕ ਮੈਸੇਜ ਆਏਗਾ ਤੁਹਾਡੇ ਕੋਲ ਮੋਬਾਈਲ ਜਿਹੜਾ ਤੁਸੀਂ ਨੰਬਰ ਦਿੱਤਾ ਉਸ ਉੱਤੇ ਵੀ ਤੇ ਈਮੇਲ ਆਈਡੀ ਉੱਤੇ ਵੀ ਮੈਂ ਫਿਲ ਅਪ ਕਰਕੇ ਤੁਹਾਨੂੰ ਦੱਸ ਦਿੰਦਾ ਕਿਸ ਤਰੀਕੇ ਨਾਲ ਤੁਸੀਂ ਫਿਲ ਅਪ ਕਰਨਾ ਹੈ ਜੀ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਸਾਰਾ ਫਿਲ ਅਪ ਕਰ ਲੈਣਾ ਹੈ ਜਿਵੇਂ ਮੈਂ ਫਿਲ ਅਪ ਕਰ ਲਿਆ ਉਸ ਤੋਂ ਬਾਅਦ ਤੁਸੀਂ ਰਜਿਸਟਰ ਤੇ ਕਲਿੱਕ ਕਰ ਦੇਣਾ ਰਜਿਸਟਰ ਤੇ ਕਲਿੱਕ ਕਰਨ ਤੋਂ ਬਾਅਦ ਇਹ बार-बार ਉਹੀ ਮੈਸੇਜ ਜ਼ਰੂਰ ਆਏਗਾ ਜੀ ਤੁਸੀਂ ਇਸ ਦਾ ਸਕਰੀਨਸ਼ਾਟ ਜ਼ਰੂਰ ਲੈ ਲੈਣਾ ਜੀ ਇਹ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਕ੍ਰੀਏਟ ਹੋ ਗਿਆ ਹੈ ਤੁਸੀਂ ਇਹ ਜ਼ਰੂਰ ਆਪਣਾ ਸਕਰੀਨਸ਼ਾਟ ਜਾਂ ਕਿਸੇ ਵੀ ਤਰੀਕੇ ਦੇ ਨਾਲ ਜ਼ਰੂਰ ਰੱਖਣਾ ਇਹ ਤੁਹਾਡੀ ਇੱਕ ਆਈਡੀ ਬਣ ਗਈ ਹੈ ਹੁਣ ਤੁਸੀਂ ਕੁਝ ਨਹੀਂ ਕਰਨਾ ਜਿਹੜੀ ਇਹ ਆਈਡੀ ਬਣੀ ਹੈ ਇਸ ਨੂੰ ਫਿਲ ਅਪ ਕਰਕੇ ਤੁਸੀਂ ਇਸ ਉਤੇ ਕਲਿੱਕ ਕਰਨਾ ਹੈ ਜੀ ਗੋ ਟੂ ਲੌਗਇਨ ਉਤੇ ਤੇ ਤੁਹਾਡਾ ਇਹ ਜਿਹੜਾ ਅੱਗੇ ਲੌਗਇਨ ਕਰ ਦੇਗਾ ਠੀਕ ਹੈ ਜੀ ਲੌਗਇਨ ਕਰਨ ਤੋਂ ਬਾਅਦ ਇੱਕ ਗੱਲ ਹੋਰ ਮੈਂ ਇੱਥੇ ਦੱਸ ਦਿੰਦਾ ਤੁਹਾਡਾ ਜਿਹੜਾ ਯੂਜ਼ਰ ਨੇਮ ਹੋਏਗਾ ਉਹ ਤੁਹਾਡਾ ਮੋਬਾਈਲ ਨੰਬਰ ਹੀ ਹੋਏਗਾ ਜੀ ਠੀਕ ਹੈ ਤੇ ਪਾਸਵਰਡ ਤੁਹਾਡੇ ਕੋਲ ਆਏਗਾ ਬਸ ਇਸ ਗੱਲ ਦਾ ਤੁਸੀਂ ਤਿਆਰ ਰੱਖਣਾ ਹੈ ਤੁਸੀਂ ਗੋ ਟੂ ਲੌਗਇਨ ਤੇ ਕਲਿੱਕ ਕਰ ਦੇਣਾ ਹੈ ਗੋ ਟੂ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਸਾਈਨ ਇਨ ਤੁਸੀਂ ਆਪਣਾ ਮੋਬਾਈਲ ਨੰਬਰ ਫਿਲ ਅਪ ਕਰਨਾ ਹੈ ਮੋਬਾਈਲ ਨੰਬਰ ਫਿਲ ਅਪ ਕਰਨ ਤੋਂ ਬਾਅਦ ਤੁਸੀਂ ਪਾਸਵਰਡ ਜਿਹੜਾ ਆਇਆ ਹੈ ਉਹ ਤੁਸੀਂ ਫਿਲ ਕਰ ਲੈਣਾ ਜੀ ਠੀਕ ਹੈ ਉਸ ਤੋਂ ਬਾਅਦ ਕੈਪਚਾ ਫਿਲ ਕਰ ਦੇਣਾ ਜੀ ਠੀਕ ਹੈ ਤੁਸੀਂ ਅੱਗੇ ਪ੍ਰੋਸੀਡ ਕਰ ਲੋਗੇ ਠੀਕ ਹੈ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਜੋ ਵੀ ਤੁਸੀਂ ਦਿੱਤਾ ਹੈ ਉਹ ਫਿਲ ਅਪ ਕਰ ਲੈਣਾ ਤਾਂ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਨੰਬਰ ਆਏਗਾ ਇਸ ਤਰੀਕੇ ਦੇ ਨਾਲ ਤੁਹਾਨੂੰ ਲੌਗਇਨ ਕਰ ਦੇਗਾ ਇਸ ਦੇ ਵਿੱਚ ਤੁਹਾਨੂੰ ਆਪਸ਼ਨ ਵਿਖਰੇ ਹੋਣੇ ਆ ਜੀ ਤੁਸੀਂ ਕੀ ਕਰਨਾ ਐਪਲੀਕੇਸ਼ਨ ਫਾਰਮ ਐਡਿਟ ਪ੍ਰਿੰਟ ਫਾਰਮ ਚੇਂਜ ਪਾਸਵਰਡ ਇੱਥੇ ਤੁਸੀਂ ਜਿਹੜਾ ਪਾਸਵਰਡ ਦਿੱਤਾ ਹੈ ਪਹਿਲਾਂ ਤੁਹਾਨੂੰ ਆਇਆ ਉਸ ਨੂੰ ਤੁਸੀਂ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਕੁਝ ਨਹੀਂ ਕਰਨਾ ਤੁਸੀਂ ਐਪਲੀਕੇਸ਼ਨ ਫਾਰਮ ਤੇ ਕਲਿੱਕ ਕਰਨਾ ਐਪਲੀਕੇਸ਼ਨ ਫਾਰਮ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੋ ਜਿਹੜੀ ਡਿਟੇਲਸ ਹੈ ਉਹ ਥੱਲੇ ਜਿਹੜੀ ਹੈ ਅਪਲਾਈ ਫੋਰ ਜੁਆਇੰਟ ਡੀਐਲਐਡ ਇਨ ਦਾ ਫੋਲੋਇੰਗ ਇੰਸਟੀਚੂਸ਼ਨਸ ਠੀਕ ਹੈ ਤੁਸੀਂ ਇਹ ਫਿਲ ਕਰ ਦੇਣਾ ਹੈ ਜੀ ਠੀਕ ਹੈ ਇਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਹੈ ਐਡਿਟ ਐਂਡ ਐਡਿਟ ਐਂਡ ਪ੍ਰਿੰਟ ਫਾਰਮ ਦੇ ਉੱਤੇ ਇਸ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਸਾਰੀ ਆ ਜਾਏਗੀ ਤੁਸੀਂ ਆਪਣਾ ਫਾਰਮ ਫਿਲ ਕਰ ਲੈਣਾ ਹੈ ਇਸ ਦੇ ਵਿੱਚ ਸਾਰਾ ਕੁਝ ਆਪਣਾ ਫਿਲ ਅਪ ਕਰ ਦੇਣਾ ਹੈ ਜੀ ਠੀਕ ਹੈ ਇੱਕ ਸੈਕਿੰਡ ਵੇਟ ਕਰੋ ਜੀ ਥੋੜਾ ਜਿਹਾ ਮੈਂ ਹੋਰ ਤੁਹਾਡੇ ਕੋਲ ਜਿਹੜਾ ਹੈ ਉਹ ਵੇਖ ਲੈਨੇ ਹਾਂ ਹਾਂ ਜੀ ਤੁਸੀਂ ਚੇਂਜ ਪਾਸਵਰਡ ਕਰ ਲੈਣਾ ਹੈ ਚੇਂਜ ਪਾਸਵਰਡ ਦੇ ਵਿੱਚ ਜਾ ਕੇ ਤੁਸੀਂ ਆਪਣਾ 올ਡ ਪਾਸਵਰਡ ਹੈ ਉਹ ਇੱਥੇ ਲਿਖ ਲੈਣਾ ਹੈ ਜੀ ਕੋਈ ਵੀ ਤੁਸੀਂ ਤੇ ਇੱਥੇ ਆਪਣਾ ਨਵਾਂ ਪਾਸਵਰਡ ਲਿਖ ਦੇਣਾ ਕਿਉਂਕਿ ਉਸ ਤੋਂ ਬਾਅਦ ਹੀ ਤੁਹਾਡਾ ਜਿਹੜਾ ਅੱਗੇ ਹੈ ਉਹ ਪ੍ਰੋਸੀਡ ਹੋਏਗਾ ਉਹ ਪਾਸਵਰਡ ਤੁਸੀਂ ਚੇਂਜ ਕਰ ਲੈਣਾ ਮੈਂ ਜੀ ਪਾਸਵਰਡ ਚੇਂਜ ਕਰ ਲਿਆ ਹੈ ਤੁਸੀਂ ਐਪਲੀਕੇਸ਼ਨ ਫਾਰਮ ਤੇ ਕਲਿੱਕ ਕਰਨਾ ਹੈ ਠੀਕ ਹੈ ਪਾਸਵਰਡ ਜ਼ਰੂਰ ਚੇਂਜ ਕਰ ਲੈਣਾ ਜੀ ਜੇਕਰ ਨਹੀਂ ਕਰਨਾ ਨਾ ਵੀ ਕਰਿਓ ਕੋਈ ਗੱਲ ਨਹੀਂ ਫਿਰ ਇਸ ਤੋਂ ਬਾਅਦ ਰੈੱਡ ਦੇ ਵਿੱਚ ਜਿਹੜਾ ਲਿਖਿਆ ਹੋਇਆ ਹੈ ਅਪਲਾਈ ਫੋਰ ਜੁਆਇੰਟ ਡੀਐਲਐਡ ਐਡਮਿਸ਼ਨ ਫਾਰ ਦਾ ਫਾਲੋਇੰਗ ਇੰਸਟੀਟਿਊਸ਼ਨਸ ਠੀਕ ਹੈ ਪਹਿਲਾਂ ਆਨਲਾਈਨ ਨੇ ਹੁੰਦੀ ਸੀ ਜੀ ਕਾਉਂਸਲਿੰਗ ਉਹਦੇ ਵਿੱਚ ਜਿਹੜੀ ਇੰਸਟੀਚਿਊਨ ਹੈ ਉਹ ਤੁਸੀਂ ਫਿਲ ਕਰ ਸਕਦੇ ਸੀ ਫਾਰਮ ਫਿਲ ਕਰਨ ਤੋਂ ਪਹਿਲਾਂ ਪਲੀਜ਼ ਤੁਸੀਂ ਕੁਝ ਇੱਕ ਗੱਲਾਂ ਹੈ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਹੈ ਜੀ ਤੁਹਾਡੇ ਕੋਲ ਇੱਕ ਸਰਟੀਫਾਈਡ ਰਿਜ਼ਰਵ ਕੈਟਾਗਰੀ ਦਾ ਖੁਦ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜੀ ਖੁਦ ਦਾ ਪੈਰੈਂਟਸ ਦਾ ਨਹੀਂ ਚੱਲਣਾ ਇਥੇ ਸਪੈਸ਼ਲੀ ਉਹਨਾਂ ਨੇ ਕਿਹਾ ਤੁਹਾਡੇ ਕੋਲ ਜੋ ਵੀ ਤੁਸੀਂ ਬੀਸੀ ਤੋਂ ਜੇਕਰ ਬਿਲੋਂਗ ਕਰਦੇ ਹੋ ਐਸਸੀ ਐਸਟੀ ਤੁਹਾਡਾ ਸੈਲਫ ਦਾ ਯਾਨੀ ਜੇਕਰ ਮੈਂ ਅਪਲਾਈ ਕਰਦਾ ਹਾਂ ਜਿਵੇਂ ਚੰਦਰਪਾਨ ਮੇਰਾ ਨਾਮ ਹੈ ਤਾਂ ਮੇਰਾ ਖੁਦ ਦਾ ਸਰਟੀਫਿਕੇਟ ਹੋਣਾ ਜੀ ਫਾਦਰ ਸਾਹਿਬ ਦਾ ਮਦਰ ਦਾ ਨਹੀਂ ਚੱਲਣਾ ਇਸ ਤੋਂ ਇਲਾਵਾ ਜਿਹੜੀ ਤੁਸੀਂ ਪ੍ਰੋਫੈਸ ਦੇਣੀ ਹੈ ਜੀ ਇੰਸਟੀਟਿਊਸ਼ਨ ਦੀ ਉਹ ਤੁਸੀਂ ਇਸ ਹਿਸਾਬ ਨਾਲ ਦੇਣੀ ਹੈ ਕੀ ਤੁਹਾਡਾ ਜਿਹੜਾ ਫਾਰਮ ਹੈ ਉਹ ਸਬਮਿਸ਼ਨ ਤੋਂ ਪਹਿਲਾਂ ਪਹਿਲਾਂ ਜਿਹੜੀ ਤੁਸੀਂ ਦੇ ਦੇਣੀ ਹੈ ਆਫਟਰ ਸਬਮਿਸ਼ਨ ਤੋਂ ਬਾਅਦ ਤੁਹਾਡੀ ਨਹੀਂ ਹੋਣੀ ਜੇਕਰ ਤੁਸੀਂ ਸਭ ਤੋਂ ਪਹਿਲਾਂ ਡਾਈਟ ਫਿਰੋਜ਼ਪੁਰ ਫਿਰ ਦਿਓਂ ਜਿਹੜੀ ਬਠਿੰਡਾ ਦੀ ਡਾਈਟ ਹੈ ਜਾਂ ਅਮਰੀਕਸਰ ਦੀ ਕੋਈ ਵੀ ਦੇਣੀ ਚਾਹੁੰਦੇ ਹੋ ਇਸ ਤਰੀਕੇ ਦੇ ਨਾਲ ਉਹ ਦੇ ਦੇਣੀ ਹੈ ਜੇਕਰ ਉਹ ਨਹੀਂ ਮਿਲਦੀ ਤਾਂ ਫਿਰ ਅੱਗੇ ਤੁਹਾਡੀ ਇਹ ਜਿਹੜੀ ਹੈ ਸਬਮਿਸ਼ਨ ਹੁੰਦੀ ਰਹਿਣੀ ਹੈ ਜੀ ਇਸ ਕੱਲ ਦਾ ਜਰੂਰ ਤਿਆਰ ਰੱਖਣਾ ਹੈ ਮੋਬਾਈਲ ਨੰਬਰ ਤੁਹਾਡਾ ਬਿਲਕੁਲ ਸਹੀ ਫਿਲ ਹੋਣਾ ਚਾਹੀਦਾ ਹੈ ਪਰਸੈਂਟੇਜ ਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਜੀ ਪਰਸੈਂਟੇਜ ਦਾ ਜਰੂਰ ਖਿਆਲ ਰੱਖਣਾ ਹੈ ਜੇਕਰ ਤੁਹਾਡੇ ਜਿਵੇਂ ਬੰਦੇ ਹੈ ਜੀ 39.9% ਤੁਸੀਂ ਵੈਲਿਡ ਨਹੀਂ ਹੋ ਤੁਹਾਡੇ 40% ਰਿਜ਼ਰਵ ਕੈਟਾਗਰੀ ਦੀ ਲਈ ਨਹੀਂ ਬੰਦੇ ਤਾਂ ਤੁਸੀਂ ਫਾਰਮ ਫਿਲ ਨਹੀਂ ਕਰ ਸਕਦੇ ਇਸ ਨੂੰ ਰਾਉਂਡ ਆਫ ਨਹੀਂ ਕਰਨਾ 49.9% ਬੰਦਾ ਹੈ ਤੁਸੀਂ ਇਸ ਨੂੰ 50% ਕਾਊਂਟ ਨਹੀਂ ਕਰ ਸਕਦੇ ਤੁਸੀਂ ਇਸ ਦੇ ਲਈ ਵੈਲਿਡ ਨਹੀਂ ਹੋਗੇ ਇਸ ਤੋਂ ਕੁਝ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਜੀ ਜਿਹੜੀ ਲਾਸਟ ਡੇਟ ਹੈ ਉਸ ਤੋਂ ਪਹਿਲਾਂ-ਪਹਿਲਾਂ ਤੁਸੀਂ ਜੇਕਰ ਹੁੰਦਾ ਹੈ ਤਾਂ ਤੁਸੀਂ ਮੋਡੀਫਿਕੇਸ਼ਨ ਕਰ ਸਕਦੇ ਹੋ ਜਿਹੜਾ ਐਪਲੀਕੇਸ਼ਨ ਨੰਬਰ ਹੈ ਉਹ ਤੁਸੀਂ ਜ਼ਰੂਰ ਆਪਣੇ ਕੋਲ ਹਾਂ ਧਿਆਨ ਰੱਖਣਾ ਜੀ ਠੀਕ ਹੈ 인ਕੰਪਲੀਟ ਜਿਹੜਾ ਫਾਰਮ ਹੈ ਤੁਹਾਡਾ ਨਹੀਂ ਹੋਣਾ ਚਾਹੀਦਾ ਆ ਤੁਸੀਂ ਦਾ ਡਿਕਲਰੇਸ਼ਨ 기ਵਨ ਇਨ ਦਾ ਐਪਲੀਕੇਸ਼ਨ ਫਾਰਮ ਸ਼ੁਡ ਬੀ ਡਿਜੀਟਲ ਸਾਈਨ ਤੁਹਾਡਾ ਜਿਹੜਾ ਆ ਫਾਰਮ ਦੇ ਥੱਲੇ ਜਿਹੜੇ ਸਾਈਨ ਤੇ ਫੋਟੋਗ੍ਰਾਫ ਲਗਣੀ ਹੈ ਉਸ ਦਾ ਧਿਆਨ ਰੱਖਣਾ ਹੈ ਤੁਸੀਂ ਫਾਰਮ ਹੈ ਜੀ ਜਿਹੜਾ ਇਹ ਜਿਹੜੇ ਲਾਣੇ ਹੈ ਪੀਡੀਐਫ ਦੇ ਵਿੱਚ ਹੋਣੇ ਚਾਹੀਦੀ ਹੈ ਤੁਹਾਡੇ ਕੋਲ 10ਵੀਂ ਦੀ ਡੀਐਮਸੀ ਸਕੈਨ ਕਰਕੇ ਤੁਸੀਂ ਅਪਲੋਡ ਕਰਨੀ ਹੈ ਪੀਡੀਐਫ ਫਾਰਮੈਟ ਦੇ ਵਿੱਚ ਤੁਹਾਡੇ ਕੋਲ ਜਿਹੜੀ ਆ ਡੀਐਮਸੀ ਹੋਗੀ ਜੀ ਜਿਹੜਾ ਡੇਟ ਆਫ ਬਰਥ ਦਾ ਪ੍ਰੂਫ ਹੋਏਗਾ ਯੂਨੀਵਰਸਿਟੀ ਬੋਰਡ ਦੀ ਡੀਐਮਸੀ ਹੋਗੀ ਯਾਨੀ ਤੁਸੀਂ ਬੀਏ ਬੀਕੋਮ ਜੋ ਵੀ ਕੀਤੀ ਹੈ ਉਹ ਤੁਹਾਡੀ ਡੀਐਮਸੀ ਹੋਗੀ ਜੀ ਅਕਰੇਟਰ ਸਰਟੀਫਿਕੇਟ ਹੋ ਗਿਆ ਤੁਹਾਡੀ ਇੰਸਟੀਟਿਊਸ਼ਨ ਤੋਂ ਮਿਲੇਗਾ ਜੇਕਰ ਕੋਈ ਤੁਸੀਂ ਗੈਪ ਰੱਖਿਆ ਹੈ ਜੀ ਇਹ ਸਪੈਸ਼ਲੀ ਉਹਨਾਂ ਨੇ ਕਿਹਾ ਗੈਪ ইয়ার ਸਰਟੀਫਿਕੇਟ ਇਫ ਗੈਪ ਇਸ ਕੰਟੀਨਿਊ ਸਟੱਡੀ ਸਪੈਸ਼ਮਨ ਫੋਰ ਦਾ 기ਵਨ ਦਾ ਐਂਡ ਆਫ ਦਾ ਪ੍ਰੋਸਪੈਕਟ ਤੁਹਾਡਾ ਨਮੂਨਾ ਦਿੱਤਾ ਹੋਇਆ ਜੀ ਗੈਪ ਦਾ ਤੁਸੀਂ ਕੀ ਕੁਝ ਲਿਖਵਾਣਾ ਹੈ ਇਸ ਦਾ ਨਮੂਨਾ ਪ੍ਰੋਸਪੈਕਟ ਦੇ ਵਿੱਚ ਦਿੱਤਾ ਹੋਇਆ ਤੁਸੀਂ ਜਾ ਕੇ ਪ੍ਰੋਸਪੈਕਟ ਦੇ ਵਿੱਚ ਵੇਖ ਸਕਦੇ ਹੋ ਪਹਿਲਾ ਵਾਲਾ ਵੀਡੀਓ ਦੇ ਵਿੱਚ ਉਸ ਦਾ ਲਿੰਕ ਦਿੱਤਾ ਹੋਇਆ ਹੈ ਸਪੋਰਟਸ ਦਾ ਹੈ ਕਿਸੇ ਵੀ ਚੀਜ਼ ਦਾ ਤੁਸੀਂ ਜੋ ਵੀ ਬੈਨੀਫਿਟ ਲੈ ਰਹੇ ਹੋ ਉਸ ਦਾ ਪਲੀਜ਼ ਧਿਆਨ ਰੱਖਣਾ ਹੈ ਜੀ ਤੁਹਾਡੀ ਸਕੈਨ ਪਾਸਪੋਰਟ ਸਾਈਜ਼ ਫੋਟੋ ਹੈ 50 KB ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੁਹਾਡੇ ਸਾਈਨ 50 KB ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਤੇ ਤੁਹਾਡਾ ਸਕੈਨਡ ਸਿਨੇਚਰ ਆਫ ਆਦਰ ਪਰੈਂਟਸ ਗ੍ਰਾਜੂਏਟ ਤੁਹਾਡੇ ਫਾਦਰ ਸਾਹਿਬ ਦੇ ਯਾਨੀ ਤੁਹਾਡੇ ਉਹਨਾਂ ਦੇ ਵੀ ਸਾਈਨ ਲੱਗਣੇ ਹੈ ਜੀ ਜਿਹੜਾ ਡਿਕਲੇਰੇਸ਼ਨ ਫਾਰਮ ਹੋਏਗਾ ਉਸ ਦੇ ਵਿੱਚ ਯਾਨੀ ਕਹਿੰਦਾ ਗੱਲ ਹੈ ਕਿ ਤੁਹਾਡੀ ਫੋਟੋ ਲੱਗੇਗੀ ਜੀ ਸਕੈਨ ਹੋ ਕੇ ਤੁਹਾਡੇ ਸਾਈਨ ਲੱਗਣਗੇ ਤੁਹਾਡੇ ਪੇਰੈਂਟਸ ਦੇ ਸਾਈਨ ਲੱਗਣਗੇ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਐਡਮਿਸ਼ਨ ਦਾ ਮੈਰਿਟ ਕਿਵੇਂ ਹੈ ਉਹ ਸਭ ਕੁਝ ਉਹਨਾਂ ਨੇ ਦੱਸਿਆ ਦਾ ਐਡਮਿਸ਼ਨ ਵਿਲ ਬੀ ਬੇਸਡ ਔਨ ਮੈਰਿਟ ਵਿਚ ਵਿਲ ਬੀ ਕੈਲਕੂਲੇਟ ਔਨ ਦਾ ਬੇਸਿਸ ਆਫ ਮਾਰਕ ਆਫ 10 ਇਨ ਦਾ ਕੁਆਲੀਫਾਈਂਗ ਐਗਜ਼ਾਮੀਨੇਸ਼ਨ ਕੁਆਲੀਫਾਈਂਗ ਐਗਜ਼ਾਮੀਨੇਸ਼ਨ ਤੁਹਾਡਾ ਗ੍ਰੈਜੂਏਸ਼ਨ ਹੈ ਜੀ ਵੇਟੇਜ ਵੇਅਰ ਏਵਰ ਐਪਲੀਕੇਬਲ ਊਡ ਵੀ ਗਿਵਨ ਐਸ ਪਰ ਦਾ ਚੰਡੀਗੜ੍ਹ ਐਡਮਿਸ਼ਨ ਰੂਲ ਜੇਕਰ ਕੋਈ ਕੇਸ ਵਗੈਰਾ ਹੁੰਦਾ ਤਾਂ ਜਿਹੜਾ ਚੰਡੀਗੜ੍ਹ ਐਡਮਿਟ ਯੂਟੀ ਹੈ ਜੀ ਉਸ ਦੇ ਹਿਸਾਬ ਨਾਲ ਹੋਗਾ ਬਿਫੋਰ ਫਾਈਲਿੰਗ ਦਾ ਐਪਲੀਕੇਸ਼ਨ ਕੈਡੀਟ ਮਸਟ ਰੀਚ ਦਾ ਪ੍ਰੋਸਪੈਕਟ ਤੁਸੀਂ ਪੜ੍ਹ ਲੈਣਾ ਹੈ ਜੀ ਡਾਊਨਲੋਡ ਕਰ ਸਕਦੇ ਹੋ ਪ੍ਰੋਸਪੈਕਟ ਨੂੰ ਜਾ ਕੇ एलिजिਬਿਲਟੀ ਉਹਨਾਂ ਨੇ ਦੱਸੀ ਹੋਈ ਹੈ ਐਜ਼ ਲਿਮਟ ਕੋਈ ਨਹੀਂ ਹੈ ਜੀ ਇਹ ਕੈਟਾਗਰੀ ਦੇ ਬਾਰੇ ਤੁਸੀਂ ਦੱਸਿਆ ਇਸ ਤੋਂ ਬਾਅਦ ਜਿਹੜਾ ਆਨਲਾਈਨ ਪ੍ਰੋਸੈਸ ਹੈ ਜੀ ਉਹਦੇ ਵਿੱਚ ਤੁਸੀਂ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਇਹ ਤੁਹਾਡਾ ਜਿਹੜਾ ਹੈ ਸਭ ਕੁਝ ਆ ਜਾਏਗਾ ਜੀ ਠੀਕ ਹੈ ਡਿਪਲੋਮਾ ਆਟੋਮੈਟਿਕ ਭਰਿਆ ਹੋਇਆ ਜੀ ਯੂਟੀ ਪੂਲ ਤੇ ਨੋਨ ਯੂਟੀ ਪੂਲ ਦਾ ਮਤਲਬ ਉਹਨਾਂ ਨੇ ਦੱਸਿਆ ਹੈ ਕਿ ਯੂਟੀ ਪੂਲ ਦੇ ਵਿੱਚ ਕਿੰਨੀ ਸੀਟਸ ਹੋਣਗੀਆਂ ਨੋਨ ਯੂਟੀ ਪੂਲ ਦੇ ਵਿੱਚ ਕਿੰਨੀ ਸੀਟਸ ਹੋਣਗੀਆਂ ਜੇਕਰ ਤੁਹਾਨੂੰ ਕੋਈ ਡਾਊਟ ਰਹਿੰਦਾ ਹੈ ਪ੍ਰੋਸਪੈਕਟ ਪਲੀਜ਼ ਇੱਕ ਵਾਰ ਤੁਸੀਂ ਜ਼ਰੂਰ ਰ ਠੀਕ ਹੈ ਉਸ ਤੋਂ ਬਾਅਦ ਤੁਸੀਂ ਕਿਸ ਕਾਸ ਤੋਂ ਬਿਲੋਂਗ ਕਰਦੇ ਹੋ ਫਰੀडम फाइਟਰ ਹੋ ਜਾਂ ਰਿਜ਼ਰਵ ਕੈਟਾ ਗੈਰੀ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਠੀਕ ਹੈ ਉਸ ਦਾ ਜ਼ਰੂਰ ਧਿਆਨ ਰੱਖਣਾ ਹੈ ਠੀਕ ਹੈ ਹਾਂ ਜੇਕਰ ਤੁਸੀਂ ਸਪੋਰਟਸ ਹੋ ਫਿਜ਼ੀਕਲ ਹੈਂਡੀਕੈਪ ਹੋ ਜਾਂ ਕੁਝ ਹੋਰ ਠੀਕ ਹੈ ਜੀ ਆਈ ਹੈ ਆਈ ਹੇਅਰ ਬਾਈ ਡਿਕਲੇਅਰ ਥੈਟ ਆਈ ਹੈਵ ਰੈਫਰਡ ਟੂ ਦਾ ਪ੍ਰੋਸਪੈਕਟ ਫੋਰ ਡਿਵੀਜ਼ਨ ਸੀਟ ਆਫ ਕੈਟਾਗਰੀ ਜੋ ਵੀ ਤੁਸੀਂ ਉਸ ਦੇ ਹਿਸਾਬ ਨਾਲ ਤੁਸੀਂ ਅੱਗੇ ਚੱਲਾ ਜਾਣਾ ਹੈ ਜੀ ਠੀਕ ਹੈ ਨੈਕਸਟ ਕਰ ਦੇਣਾ ਕਈ ਵਾਰ ਇਸ ਤਰੀਕੇ ਦਾ ਆ ਜਾਂਦਾ ਜੀ ਤੁਸੀਂ ਦੁਬਾਰਾ ਲੌਗ ਇਨ ਕਰਕੇ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਉਸੇ ਤਰੀਕੇ ਦੇ ਨਾਲ ਕਰ ਅ ਇਸ ਤਰੀਕੇ ਦੇ ਨਾਲ ਤੁਸੀਂ ਸਾਰਾ ਫਾਰਮ ਫਿਲ ਕਰ ਸਕਦੇ ਹੋ ਜੇਕਰ ਫਿਰ ਵੀ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਡਾਊਟ ਰਹਿੰਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦੇਣਾ ਜੀ ਈਮੇਲ ਆਈਡੀ ਮੇਰੀ ਦਿੱਤੀ ਹੋਈ ਹੈ ਉਸ ਦੇ ਉੱਤੇ ਤੁਸੀਂ ਆਪਣਾ ਕੋਈ ਵੀ ਕੁਐਸ਼ਨ ਹੋਵੇ ਤੁਸੀਂ ਪੁੱਟ ਕਰ ਦੇਣਾ ਜੀ ਮੈਂ ਉਸ ਦਾ ਜਿੱਥੇ ਤੱਕ ਹੋ ਸਕੇਗਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ ਤੁਸੀਂ ਸਾਰੀ ਡਿਟੇਲ ਆਪਣੀ ਜਿਹੜੀ ਫਿਲ ਕਰਨੀ ਹੈ 10ਵੀਂ ਦੇ ਡੀਐਮਸੀ ਦੇ ਹਿਸਾਬ ਨਾਲ ਬਿਲਕੁਲ ਫਿਲ ਕਰਨੀ ਹੈ ਜੀ ਕਿਸੇ ਵੀ ਤਰੀਕੇ ਦੀ इनकरेक्ट इन इंफॉर्मेशन फिल नहीं करनी क्योंकि ਤੁਹਾਡਾ ஆன்ਲਾਈਨ ਹੀ ਸਭ ਕੁਝ ਹੋਣਾ ਇਸ ਵਾਰ ਜੇਕਰ ਤੁਸੀਂ ਫਿਲ ਕਰ ਦਿੰਦੇ ਹੋ ਇਨਕੋਰेक्ट और ਤੁਹਾਡਾ ਐਡਮਿਸ਼ਨ ਸੀਟ ਅਲਾਟ ਵੀ ਹੋ ਜਾਂਦਾ ਹੈ ਕਦੇ ਵੀ ਉਸ ਨੂੰ ਕੈਨਸਲ ਕੀਤਾ ਜਾ ਸਕਦਾ ਹੈ ਤੁਹਾਡੀ ਜਿਹੜੀ ਫੀਸ ਲਗਣੀ ਹੈ ਜੀ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ 200 ਰੁਪਏ BC ਤੇ ਜਨਰਲ ਕੈਟਾਗਰੀ ਵਾਲਿਆਂ ਦੀ ਹੈ 100 ਰੁਪਏ ਜਿਹੜੀ ਰਿਜ਼ਰਵ ਕੈਟਾਗਰੀ ਹੈ ਜੀ ਉਸ ਦੀ ਹੋਏਗੀ ਤੇ ਅ ਵਿਧੀਨ 24 ਆਰਸ ਦੇ ਵਿੱਚ ਤੁਹਾਡੀ ਜਿਹੜੀ ਹੈ ਉਹ ਵੈਰੀਫਿਕੇਸ਼ਨ ਹੋ ਜਾਏਗੀ ਤੇ ਐਪਲੀਕੇਸ਼ਨ ਫਾਰਮ ਦੇ ਵਿੱਚ ਸਭ ਕੁਝ ਜਿਹੜਾ ਹੈ ਮੈਂ ਦੱਸ ਚੁੱਕਿਆ ਫੇਰ ਵੀ ਕਿਸੇ ਵੀ ਤਰੀਕੇ ਦਾ ਡਾਊਟ ਰਹਿੰਦਾ ਹੈ ਤੁਸੀਂ ਬੇਝਜਕ ਮੈਨੂੰ ਕਮੈਂਟ ਕਰ ਦੇਣਾ ਜੀ ਉਸ ਦਾ ਰਿਪਲਾਈ ਕਰ ਦੇਵਾਂਗਾ ਹਾਂਜੀ ਸਾਈਟ ਦੇ ਵਿੱਚ ਥੋੜੀ ਪ੍ਰੋਬਲਮ ਚੱਲ ਰਹੀ ਹੈ ਕਿਉਂਕਿ ਤੁਸੀਂ ਜਾ ਰਹੇ ਹੋ بار بار ਬੇਕ ਹੋ ਰਹੀ ਹੈ ਜੀ ਕਿਉਂਕਿ ਮੈਂ ਟਰਾਈ ਕੀਤਾ ਹੈ ਉਸ ਤੋਂ ਅੱਗੇ ਹੁਣ ਨਹੀਂ ਜਾ ਰਿਹਾ ਸੀ ਪਰ ਜਿਵੇਂ ਹੀ ਕਿਸੇ ਦਾ ਕੋਈ ਫਾਰਮ ਫਿਲ ਕੀਤਾ ਮੈਂ ਤਾਂ ਤੁਹਾਨੂੰ ਜ਼ਰੂਰ ਉਸ ਦੇ ਉੱਤੇ ਫੇਰ ਤੋਂ ਵੀਡੀਓ ਬਣਾ ਦੇਵਾਂਗਾ ਬੇਚ ਜੇ ਕੋਈ ਤੁਸੀਂ ਕੋਈ ਕੁਐਸਚਨ ਹੁੰਦਾ ਤੁਹਾਡਾ ਪੁੱਟ ਕਰ ਦੇਣਾ ਜੀ ਆਈ ਥਿੰਕ ਵੀਡੀਓ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਇਆ ਹੋ ਗਿਆ ਤੁਸੀਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਤੋਂ ਇਲਾਵਾ ਤੁਸੀਂ ਇਸ ਤੋਂ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਦੋ ਵੀਡੀਓ ਪਹਿਲਾਂ ਬਣਾਏ ਹੋਏ ਹੈ ਜੀ ਉਹ ਜਾ ਕੇ ਤੁਸੀਂ ਵੇਖ ਲੈਣਾ ਜੇਕਰ ਤੁਹਾਡਾ ਅ ਡੀਐਲਰ ਦੇ ਵਿੱਚ ਐਡਮਿਸ਼ਨ ਦਾ ਪ੍ਰੋਸੈਸ ਹੈ ਉਹ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਿਓ ਹੈ ਮੈਰਿਟ ਕਿਸ ਹਿਸਾਬ ਨਾਲ ਬਣੇਗੀ ਉਹ ਵੀ ਮੈਂ ਦੱਸਿਓ ਜੀ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਵੇਖਿਆ ਤੇ ਲਾਈਕ ਕੀਤਾ ਜੀ